ਹਾਂਜੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਮੁੱਠੀਆਂ ਤੇ ਪੁਸ਼ਅਪ ਲਾਉਣ ਦੀ ਐਕਸਰਸਾਈਜ਼ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਸ਼ੋਲਡਰਾਂ 'ਚ ਚੜਾਈ ਦੇ ਬਰਾਬਰ ਆਪਣੇ ਹੱਥ ਰੱਖਾਂਗੇ, ਫਿਰ ਪੁਸ਼ਅਪ ਲਾਵਾਂਗੇ। ਇਹਦੇ 'ਚ ਆਪਣਾ ਸਾਰਾ ਸਰੀਰ ਇੱਕਦਮ ਇਕੱਠਾ ਚੱਕਿਆ ਜਾਊ। ਇਹਦੇ ਆਪਾਂ ਨੂੰ ਬੋਕਸਿੰਗ 'ਚ ਫਾਇਦਾ ਮਿਲ ਸਕਦਾ, ਜਿਵੇਂ ਕਿ ਆਪਣੀਆਂ ਬਾਹਾਂ ਮਜ਼ਬੂਤ ਹੁੰਦੀਆਂ, ਸ਼ੋਲਡਰ ਮਜ਼ਬੂਤ ਹੁੰਦੇ, ਛਾਤੀ ਮਜ਼ਬੂਤ ਹੁੰਦੀ ਹੈ, ਜਿਹਦੇ ਨਾਲ ਆਪਣਾ ਪੰਚ 'ਚ ਪਾਵਰ ਆਉਂਦੀ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਾਜ ਨੇ ਜੀ, ਅਤੇ ਅੱਜ ਆਪਾਂ ਬੋਕਸਿੰਗ ਪ੍ਰੈਕਟਿਸ ਦੀ ਕੁਛ ਐਕਸਰਸਾਈਜ਼ ਲੈ ਕੇ ਆਏ ਜੀ, ਜਿਵੇਂ ਹੋ ਗਈ ਥਾਈ ਦੀ ਐਕਸਰਸਾਈਜ਼, ਠੀਕ ਹੈ ਜੀ। ਠੀਕ ਹੈ ਜੀ, ਇਹਨੂੰ ਕਹਿੰਦੇ ਥਾਈ ਦੀ ਐਕਸਰਸਾਈਜ਼, ਠੀਕ ਹੈ ਜੀ। ਇਸ ਵਿੱਚ ਆਪਾਂ ਨੂੰ ਜੀ ਹਾਫ ਸਿੱਟ ਹੋਣਾ ਚਾਹੀਦਾ, ਠੀਕ ਹੈ, ਅਤੇ ਜਿਹੜੀ ਆਪਣੀ ਬੈਕ ਬਣਾ ਪੂਰੀ ਸਟੇਟ ਹੋਣੀ ਚਾਹੀਦੀ ਹੈ। ਇੱਕ ਵਾਰੀ ਫਿਰ ਦੱਸਦਾ ਕਿਵੇਂ ਆਹ ਹੁੰਦੀ ਹੈ, ਠੀਕ ਹੈ। ਜਿਹੜੀ ਆਪਣਾ ਹਾਫ ਸਿੱਟ ਹੈ ਉਹ ਸਿਰਫ ਆਪਾਂ ਨੂੰ ਹਾਫ ਸਿੱਟ ਕਰਨਾ ਚਾਹੀਦਾ, ਅਤੇ ਜਿਹੜੀ ਆਪਣੀ ਬੈਕ ਬਣਾ ਪੂਰੀ ਸਟੇਟ ਹੋਣੀ ਚਾਹੀਦੀ, ਠੀਕ ਹੈ ਜੀ, ਇਹਨੂੰ ਕਹਿੰਦੇ ਹਾਫ ਸਿੱਟ। ਅਤੇ ਇਸ ਨਾਲ ਜਿਹੜੇ ਆਪਣੇ ਥਾਈ ਹੈ ਉਹ ਸਟਰੋਂਗ ਹੁੰਦੇ ਆ, ਠੀਕ ਹੈ ਜੀ। ਅਤੇ ਜਿਵੇਂ ਫਿਰ ਦੱਸਦਾ, ਜਿਵੇਂ ਸਿੱਟ ਅਪ, ਸਿੱਟ ਅਪ, ਇਸ ਨਾਲ ਹੀ ਆਪਣੇ ਥਾਈ ਸਟਰੋਂਗ ਹੁੰਦੇ ਆ, ਠੀਕ ਹੈ ਜੀ। ਅਤੇ ਇਸ ਨਾਲ ਆਪਣਾ ਬੋਕਸਿੰਗ 'ਚ ਸਟੈਮਿਨਾ ਬਣਦਾ, ਇਸ ਨਾਲ ਆਪਾਂ ਜੀ ਬੋਕਸਰ ਨਾਲ ਖੇਡਣ ਦੇ ਪੂਰੇ 3 ਰਾਊਂਡ ਕਾਬਿਲ ਹੋ ਸਕਦੇ ਹਾਂ, ਠੀਕ ਹੈ ਜੀ। ਅਤੇ ਜਿਹੜਾ ਆਪਣੇ ਨਾਲ ਛੋਟਾ ਬੋਕਸਰ ਹੁੰਦਾ ਉਸ ਨਾਲ ਆਪਾਂ ਸਹੀ ਲੜ ਸਕਦੇ ਹਾਂ, ਠੀਕ ਹੈ। ਜਿਵੇਂ ਹਾਈਟ ਤੋਂ ਛੋਟਾ, ਠੀਕ ਹੈ ਜੀ, ਆਪਾਂ ਥੋੜ੍ਹਾ ਜਿਹਾ ਡਾਊਨ ਹੋ ਕੇ ਖੇਡ ਸਕਦੇ ਹਾਂ ਬੋਕਸਰ ਨਾਲ, ਠੀਕ ਹੈ ਜੀ, ਐਵੇਂ ਥੋੜ੍ਹਾ ਜਿਹਾ ਡਾਊਨ ਹੋ ਕੇ, ਠੀਕ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਏਕਮਦੀਪ ਸਿੰਘ ਜੀ। ਅੱਜ ਜੀ ਤੁਹਾਨੂੰ ਬੋਕਸਿੰਗ ਦੀਆਂ ਕੁਛ ਐਕਸਰਸਾਈਜ਼ ਦੱਸ ਰਹੇ ਹਾਂ, ਜਿਵੇਂ ਐਪਸ ਹੈਗੇ ਜੀ, ਐਪਸ ਜੀ ਤੁਹਾਨੂੰ ਲਾ ਕੇ ਦਿਖਾਉਣੀ ਹੈ ਜੀ, ਅਪਰ ਐਪਸ ਅਤੇ ਲੋਅਰ ਐਪਸ। ਲੰਮਾ ਪੈਣਾ ਹੁੰਦਾ ਜੀ, ਅਤੇ ਫਿਰ ਲੈਗਸ ਨੂੰ ਫੋਲਡ ਕਰਨਾ ਹੁੰਦਾ ਜੀ, ਅਤੇ ਆ ਹੈਂਡਸ ਆਪਣੇ ਪਿੱਛੇ ਰੱਖਣੇ ਹੁੰਦੇ ਜੀ, ਲੈਗ ਦੇ ਅੱਗੇ ਨੂੰ ਜਾਣਾ ਹੁੰਦਾ ਜੀ, ਅਤੇ ਪਿੱਛੇ ਨੂੰ ਅੱਗੇ ਨੂੰ ਤੇਜ਼ ਜਾਣਾ ਹੁੰਦਾ ਜੀ, ਅਤੇ ਪਿੱਛੇ ਨੂੰ ਹੌਲੀ ਹੋਣਾ ਹੁੰਦਾ ਜੀ। ਇਹ ਹੋ ਗਈ ਫੁੱਲ ਐਪਸ, ਹੁਣ ਤੁਹਾਨੂੰ ਹਾਫ ਐਪਸ ਲਾ ਕੇ ਦਿਖਾਉਣੇ। ਇਹ ਹੋ ਗਈ ਹਾਫ ਐਪਸ, ਇਹ ਤੁਹਾਨੂੰ ਜੀ ਬੋਕਸਿੰਗ ਖੇਡਣ ਵਿੱਚ ਕੰਮ ਕਰਦੇ, ਇਹ ਤੁਹਾਡੇ ਪੰਚ ਵੱਜਦੇ ਜੀ, ਅਤੇ ਇੰਟਰਨਲ ਕੱਟ ਨਹੀਂ ਲੱਗਣ ਦਿੰਦੇ ਜੀ ਪੇਟ 'ਤੇ ਜੀ। ਜੇ ਤੁਸੀਂ ਬੋਕਸਿੰਗ ਨਹੀਂ ਵੀ ਖੇਡਦੇ ਜੀ ਤਾਂ ਵੀ ਤੁਹਾਡੇ ਜੀ ਕੰਮ ਆਉਣਗੇ ਜੀ ਐਪਸ, ਐਪਸ ਤੁਹਾਡੇ ਪੇਟ ਦੇ ਮਸਲ ਸਹੀ ਬਹੁਤ ਕੰਮ ਆਉਂਦੇ ਜੀ, ਅਤੇ ਇਹ ਕੋਈ ਸੱਟ ਨਹੀਂ ਲੱਗਣ ਦਿੰਦੇ ਪੇਟ 'ਤੇ।